ਮਲਚਿੰਗ ਤਕਨੀਕ ਦੇ ਨਾਲ ਕਣਕ ਬੀਜਣ ਦੀ ਜਿਹੜੀ ਸਾਰੀ ਪ੍ਰਕਿਰਿਆ ਮੇਰੇ ਖੇਤ 'ਚ ਜੋ ਅਪਣਾਈ ਗਈ ਹੈ ਉਹ ਸ਼ੁਰੂ ਤੋਂ ਲੈ ਕੇ ਪੂਰੀ ਬਿਜਾਈ ਤੱਕ ਦੀ ਤੁਸੀਂ ਇਸ ਵੀਡੀਓ ਦੇ ਵਿੱਚ ਵੀਡੀਓ ਕਲਿੱਪ ਰਹੀਂ ਦੇਖੋਗੇ ਤੁਸੀਂ ਜਾਣਦੇ ਹੋ ਪਿਛਲੇ ਸਾਲ ਵੀ ਮਲਚਿੰਗ ਤਕਨੀਕ ਦੇ ਨਾਲ ਕਣਕ ਬੀਜੀ ਸੀਗੀ ਜਿਹਦੇ ਵਿੱਚ ਨਦੀਨ ਨਹੀਂ ਹੋਇਆ ਕਣਕ ਡਿੱਗੀ ਨਹੀਂ ਤੇ ਜਿਹੜਾ ਝਾੜ ਹੈ ਦੂਸਰੀ ਜਿਹੜੇ ਤਰੀਕੇ ਨਾਲ ਬੀਜੀ ਹੋਈ ਕਣਕ ਦੇ ਬਰਾਬਰ ਜਾਂ ਉਸ ਤੋਂ ਦੋ ਮਣ ਵੱਧ ਰਿਹਾ ਸੀਗਾ ਇਸੇ ਕਰਕੇ ਇਸ ਸਾਲ ਮਲਚਿੰਗ ਤਕਨੀਕ ਦੇ ਹੇਠ ਰਕਬਾ ਵਧਾਰਿਆ ਹੈ ਅੱਜ 6 ਨਵੰਬਰ 2020 ਨੂੰ 7 ਕਿੱਲਾਂ ਦੇ ਵਿੱਚ ਮਲਚਿੰਗ ਤਕਨੀਕ ਦੇ ਨਾਲ ਕਣਕ ਬੀਜੀ ਗਈ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਬਣਾ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਇਹ ਚੋਣਾ ਸੀਗਾ ਜੀ ਜਿਹਦਾ ਜਿਹਦੇ ਵਿੱਚ ਆਪਾਂ ਨੂੰ ਮਲਚਿੰਗ ਤਕਨੀਕ ਨਾਲ ਕਣਕ ਬੀਜਣੀ ਹੈ ਪੀਆਰ 122 ਤੇ ਕੁਝ ਏਰੀਆ ਦੇ ਵਿੱਚ ਪੀਆਰ 114 ਸਿੱਧੀ ਬਜਾਈ ਵਾਲਾ ਚੋਣਾ ਸੀ ਪੂਰਾ ਪਾਰਾ ਸੀਗਾ ਤੇ ਇਹਦੀ ਜਿਹੜੀ ਕਟਾਈ ਹੈ ਉਹ ਆਪਾਂ ਸੁਪਰ ਐਸਐਮਐਸ ਲੱਗੀ ਹੋਈ ਮਸ਼ੀਨ ਦੇ ਨਾਲ ਕੀਤੀ ਹੈ ਜੀ ਨੇ ਸਾਰਾ ਲੰਗਾ ਨਿੱਕੇ-ਨਿੱਕੇ ਟੁਕੜਿਆਂ ਦੇ ਵਿੱਚ ਕੱਟ ਦਿੱਤਾ ਤੇ ਤੁਸੀਂ ਦੇਖੋ ਇੱਥੇ ਕਿ ਲੰਗਾ ਜਿਹੜਾ ਹੈਗਾ 4 ਇੰਚ 6 ਇੰਚ ਇਸ ਤਰੀਕੇ ਦਾ ਲੰਗਾ ਇਹਨੇ ਕੱਟਿਆ ਹੋਇਆ ਹੁਣ ਮੈਂ ਤਾਂ ਪਹਿਲਾ ਸਟੈਪ ਆਪਦੀ ਖੇਚ ਨਹੀਂ ਕੀਤਾ ਜੇ ਤੁਸੀਂ ਸਧਾਰਨ ਕੰਬਾਈਨ ਤੋਂ ਕਟਾਈ ਕਰਾਈ ਹੈ ਤਾਂ ਇਹ ਜਿਵੇਂ ਛਲੇਡਾ ਹੈ ਜਾਂ ਕ੍ਰੌਪ ਰੀਪਰ ਹੈ ਉਹਦੇ ਨਾਲ ਜਿਹੜੀਆਂ ਲਾਈਨਾਂ ਪਈਆਂ ਹੋਈਆਂ ਉਹ ਲਾਈਨਾਂ ਸਾਰੇ ਦੀਆਂ ਸਾਰੀਆਂ ਖਲਾਰ ਦਿਓਗੇ ਮਤਲਬ ਕਿ ਜ਼ਮੀਨ ਤੋਂ 4 ਇੰਚ ਉੱਚਾ ਚੱਕ ਕੇ ਰੀਪਰ ਚਲਾਉਂਗੇ ਪਰੰਤੂ ਮੈਨੂੰ ਲੋੜ ਨਹੀਂ ਪਈ ਤਾਂ ਮੈਂ ਇਸੇ ਤਰੀਕੇ ਦੇ ਨਾਲ ਹੀ ਖੇਦੇ ਉੱਪਰ ਇਹ ਜਿਹੜਾ ਫਰਟੀਲਾਈਜ਼ਰ ਸਪਰੈਡਰ ਹੁੰਦਾ ਇਹਦੇ ਨਾਲ ਖਾਦ ਖਲਾਰਤੀ ਜਿਹੜੀ ਬਾਕੀ ਖੇਤਾਂ 'ਚ ਪਾਈ ਉਹ ਵੀ ਇੱਥੇ ਪਾਈ ਹੈ 50 ਕਿਲੋਗ੍ਰam DAP 50 ਕਿਲੋਗ੍ਰam ਸਿੰਗਲ ਸੁਪਰ ਫਾਸਫੇਟ 25 ਕਿਲੋਗ੍ਰam ਮਿਊਰੇਟ ਆਫ ਪੋਟਾਸ਼ 10 ਕਿਲੋਗ੍ਰam ਮੈਗਨੀਸ਼ੀਅਮ ਸਲਫੇਟ ਤੇ 22 ਕਿਲੋਗ੍ਰam ਜਿਹੜਾ ਯੂਰੀਆ ਉਹ ਇਸ ਮਸ਼ੀਨ ਦੇ ਨਾਲ ਪੂਰੇ ਖੇਤ ਦੇ ਵਿੱਚ ਬਰਾਬਰ ਖਿਲਾਰ ਦਿੱਤਾ ਪਹਿਲਾ ਕਦਮ ਖਾਦਾਂ ਖਿਲਾਰਤੀਆਂ 2 ਨੰਬਰ ਤੇ ਡੀਬੀਡਬਲਯੂ 222 ਵੈਰੈਟੀ ਦਾ 50 ਕਿਲੋਗ੍ਰam ਬੀ 1 ਕਿਲੋ ਬੀ ਨੂੰ ਈ ਐਮ ਐਲ 2.5 ਐਮ ਐਲ ਥਾਈਮਥੌਕਸਮ 30 ਐਫ ਐਸ ਲਗਾਈ ਫਿਰ 2 ਗ੍ਰਾਮ ਪ੍ਰਤੀ ਕਿਲੋ ਬੀ ਨੂੰ ਵਿਟਾਵੈਕਸ ਲਈ ਤਾਂ ਇਹ 50 ਕਿਲੋਗ੍ਰam ਪ੍ਰਤੀ ਕਿਲਾ ਬੀਜ ਬੰਦਿਆ ਨੇ ਖੇਤ ਦੇ ਵਿੱਚ ਖਿਲਾਰ ਦਿੱਤਾ ਦੋ ਕਿੱਲਾਂ ਦੇ ਵਿੱਚ ਇਹ ਖਾਦ ਪਾਉਣ ਵਾਲੀ ਮਸ਼ੀਨ ਦੇ ਨਾਲ ਵੀ ਖਿਲਾਰਿਆ ਕਿ ਦੇਖਦੇ ਆਂ ਕਿ ਕਿਵੇਂ ਰਿਜ਼ਲਟ ਰਹਿੰਦਾ ਹੈ ਇਸ ਤੋਂ ਬਾਅਦ ਦੇ ਵਿੱਚ ਖੇਤ ਦੇ ਵਿੱਚ ਮਲਚਰ ਫੇਰਤਾ ਜੇ ਤੁਹਾਡੇ ਕੋਲ ਮਲਚਰ ਨਹੀਂ ਹੈਗਾ ਤਾਂ ਤੁਸੀਂ ਛਲੇਡਾ ਜਾਂ ਜਿਹੜਾ crop cutter ਹੁੰਦਾ ਜਾਂ reaper ਹੁੰਦਾ ਉਹ ਜ਼ਮੀਨ ਤੋਂ 3-4 ਇੰਚ ਉੱਚਾ ਚੱਕ ਕੇ ਉਹ ਵੀ ਮਾਰ ਸਕਦੇ ਹੋ ਤਾਂ ਹਣ ਇਹਨੇ ਕੀ ਕੀਤਾ ਇਹਨੇ ਜਿਹੜੀ ਪਰਾਲੀ ਦੇ ਬੁੱਥੇ ਖੜੇ ਸੀਗੇ ਉਹਨਾਂ ਸਾਰੇ ਬੁੱਥਿਆਂ ਨੂੰ ਬਰੀਕ ਕੱਟ ਕੇ ਤਾਂ ਇੱਕ ਗੱਦੇ ਦੀ ਤਰ੍ਹਾਂ ਪੂਰੇ ਖੇਤ ਦੇ ਵਿੱਚ ਬਰਾਬਰ ਮਲਚ ਕਰਤਾ ਤੇ ਇੱਕ ਤਹਿ ਬਣਾ ਦਿੱਤੀ ਉੱਪਰਲੇ ਪਾਸੇ ਜਦੋਂ ਇਹ ਤੈਹ ਬਣ ਗਈ ਉਸ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਹੈ ਕਿ ਜੋ ਮੈਂ ਵੀ ਕੀਤਾ ਪਰ ਮੈਨੂੰ ਜਿਆਦਾ ਲੋਡ ਨਹੀਂ ਪਈ ਕਿ ਜਿੱਥੇ ਕਿਤੇ ਵੱਡੀਆਂ ਢੇਰੀਆਂ ਹੈਗੀਆਂ ਉਹ ਤੰਗਲੀ ਨਾਲ ਖਲਾਰ ਕੇ ਤੇ ਬਰਾਬਰ ਕਰ ਦੇਣੀਆਂ ਇਹ ਹੋ ਗਈਆਂ ਹੁਣ ਇਸ ਤੋਂ ਬਾਅਦ ਦੇ ਵਿੱਚ ਇਹਨੂੰ ਪਾਣੀ ਲਾਇਆ ਜਾਊਗਾ ਮਤਲਬ ਕਿ ਆਪਾਂ ਦੀ ਬਜਾਈ ਦੀ ਤਰੀਕ 6 ਨਵੰਬਰ ਨਹੀਂ ਕਵਾਂਗੇ ਮੰਨ ਲਓ ਕਿ ਇਹਨੂੰ ਪਾਣੀ 8 ਨਵੰਬਰ ਨੂੰ ਲੱਗਦਾ ਹੈ ਤਾਂ ਇਹਦੀ ਬਜਾਈ ਦੀ ਤਰੀਕ 8 ਨਵੰਬਰ ਹੋਏਗੀ ਪਾਣੀ ਲਾਉਣ ਤੋਂ ਪਹਿਲਾਂ ਜਿਹੜੀਆਂ ਵੱਟਾਂ ਉਹ ਆਪਣਾ ਜਿਹੜਿਆ ਤਵਿਆਂ ਵਾਲਾ ਵੱਟਾਂ ਪਾਉਣ ਵਾਲੀ ਮਸ਼ੀਨ ਹੁੰਦੀ ਹੈ ਉਹਦੇ ਨਾਲ ਵੱਟਾਂ ਪਾ ਲਈਆਂ ਤੇ ਵੱਟਾਂ ਪਾ ਕੇ ਰਾਤ ਨੂੰ ਇਹਨੂੰ ਅੱਜ 6 ਨਵੰਬਰ ਨੂੰ ਜਾਂ ਜਦੋਂ ਵੀ ਲਾਈਟ ਆਏਗੀ ਉਸ ਸਮੇਂ ਨੂੰ ਹਲਕਾ ਪਾਣੀ ਲਾ ਦਿੱਤਾ ਜਾਊਗਾ ਇਹ ਤੁਸੀਂ ਦੇਖੋ ਕਿ ਬੀ ਤੇ ਖਾਦ ਖਿਲਰੀ ਹੋਈ ਹੈ ਤਾਂ ਇਹ ਬਜਾਈ ਮੁਕੰਮਲ ਹੋ ਗਈ ਜੀ ਇਸ ਤੋਂ ਬਾਅਦ ਜਿਹੜੀ ਪ੍ਰਕਿਰਿਆ ਹੈ ਉਹ ਆਪਾਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਜਿਸ ਤਰੀਕੇ ਨਾਲ ਕਰਾਂਗੇ ਇਹਨੂੰ 21 ਦਿਨ ਤੇ ਫਿਰ ਪਾਣੀ ਦੇਵਾਂਗੇ ਪਾਣੀ ਦੇ ਅੱਗੇ ਯੂਰੀਆ ਦੇਵਾਂਗੇ ਉਸ ਤੋਂ ਬਾਅਦ ਵਾਲੀ ਯੂਰੀਆ ਫਿਰ ਪਾਣੀ ਅੱਗੇ ਦੇਵਾਂਗੇ ਤਾਂ ਜੋ-ਜੋ ਇਹ ਚ ਪ੍ਰਕਿਰਿਆ ਹੁੰਦੀ ਜਾਊਗੀ ਉਹਦੇ ਬਾਰੇ ਤੁਹਾਨੂੰ ਟਾਈਮ ਟੂ ਟਾਈਮ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਪਹਿਲਾਂ ਆਪਾਂ ਖਾਦ ਖਿਲਾਰੀ ਫਿਰ ਆਪਾਂ ਬੀਜ ਖਿਲਾਰੇ ਆ ਫਿਰ ਆਪਾਂ ਇਹਦੇ ਉੱਪਰ ਮਲਚਰ ਮਾਰਿਆ ਫਿਰ ਜਿਹੜੀਆਂ ਧੌੜੀਆਂ ਸੀ ਉਹ ਖਿਲਾਰ ਦਿੱਤੀਆਂ ਤੇ ਨਾਲ ਵਟਾਂ ਪਾ ਕੇ ਤੇ ਉੱਪਰੋਂ ਪਾਣੀ ਲਾਤਾ ਤੇ ਬਜਾਈ ਹੋ ਗਈ ਧੰਵਾਦ ਦੋਸਤੋ ਮਿਹਰਬਾਨੀ ਦੋਸਤੋ ਇਹ ਦੇਖੋ ਲਗਭਗ 3 ਕ ਇੰਚ ਦੀ ਲੇਅਰ ਬਣੀ ਹੈ ਪਰਾਲੀ ਦੀ ਸਾਰੇ ਖੇਤ ਦੇ ਵਿੱਚ ਕਿਉਂਕਿ ਪਰਾਲੀ ਸੁੱਕ ਗਈ ਨਾ ਕੋਈ ਦਿਨ ਪਈ ਪਈ ਇਹਦੇ ਕਰਕੇ ਲੇਅਰ ਵੀ ਜਿਹੜੀ ਹੈਗੀ ਹੈ ਛੋਟੀ ਬਣੀ ਹੈ 7 ਕਿੱਲਾਂ ਤੋਂ ਬਾਅਦ ਚ ਹੋਰ ਕਿੱਲਾਂ ਦੇ ਵਿੱਚ ਵੀ ਬੀਜਿਆ ਜਾਊਗਾ ਤੇ ਜੋ ਵੀ ਇਹਦੇ ਰਿਜ਼ਲਟ ਹੋਣਗੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਧੰਵਾਦ ਦੋਸਤੋ